ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਰਵਨੀਤ ESS ਗਲੋਬਲ ਤੋਂ। ਅੱਜ ਆਪਾਂ ਡਿਸਕਸ ਕਰਾਂਗੇ ਆਸਟ੍ਰੇਲੀਆ ਅਤੇ ਕੈਨੇਡਾ ਦੇ ਵਿੱਚ ਸਟੱਡੀ ਆਪਸ਼ਨਸ ਦਾ, ਜੋਬਸ ਆਪਸ਼ਨ ਦੇ ਬਾਰੇ ਐਂਡ PR ਦੇ ਬਾਰੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਜਿਹੜੇ ਬੱਚੇ +2 ਪਾਸ ਆਊਟ ਨੇ, ਠੀਕ ਹੈ, ਉਹਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਡਿਪਲੋਮਾ ਐਜੂਕੇਸ਼ਨ 90-95% ਬੱਚੇ ਜਿਹੜੇ ਉਹ ਸਿਲੈਕਟ ਕਰਦੇ ਆ, ਐਂਡ ਡਿਪਲੋਮਾ ਐਜੂਕੇਸ਼ਨ ਸੀ ਕੈਨੇਡਾ ਦੀ ਗਵਰਨਮੈਂਟ ਜਿਹੜੀ ਉਹ ਜ਼ਿਆਦਾ ਪ੍ਰਮੋਟ ਕਰਦੀ ਆ। ਉਹਦਾ ਰੀਜ਼ਨ ਇਹ ਹੈ ਕਿ ਕੈਨੇਡਾ ਦੇ ਵਿੱਚ ਡਿਪਲੋਮਾ ਐਜੂਕੇਸ਼ਨ ਤੋਂ ਬਾਅਦ ਬੱਚੇ ਨੂੰ ਜਿਹੜੀ PR ਦੇ ਵਿੱਚ ਐਂਡ ਟੈਕਨੀਕਲ ਜੋਬ ਦੇ ਵਿੱਚ ਉਹਨਾਂ ਨੇ ਬੇਸ ਜਿਹੜੀਆਂ ਟੈਕਨੀਕਲ ਜੋਬਸ ਆ ਉਹਨਾਂ ਦੇ ਡਿਪਲੋਮਾ ਐਜੂਕੇਸ਼ਨ ਦੇ ਅਕੋਰਡਿੰਗ ਕੀਤੀਆਂ ਹੋਈਆਂ। ਸਾਈਡ ਬਾਈ ਸਾਈਡ ਗੱਲ ਜੇ ਆਪਾਂ ਆਸਟ੍ਰੇਲੀਆ ਦੀ ਕਰੀਏ, ਆਸਟ੍ਰੇਲੀਆ ਦੇ ਵਿੱਚ ਜ਼ਿਆਦਾ ਜਿਹੜੀ ਐਜੂਕੇਸ਼ਨ ਪ੍ਰਮੋਟ ਕਰਦੇ ਉਹ ਡਿਗਰੀ ਐਜੂਕੇਸ਼ਨ 'ਚ ਪ੍ਰਮੋਟ ਕਰਦੇ ਆ। ਨੋ ਡਾਊਟ ਬੱਚਾ ਡਿਪਲੋਮਾ ਵੀ ਉੱਥੇ ਲੈ ਸਕਦਾ ਹੈ, ਬਟ ਡਿਪਲੋਮੇ ਤੋਂ ਬਾਅਦ ਅਗਰ ਬੱਚਾ ਅੱਗੇ ਡਿਗਰੀ ਕਰਦਾ ਤਾਂ ਉਹਨੂੰ 4 ਈਅਰਸ ਆਪਣੇ ਕੰਪਲੀਟ ਕਰਨੇ ਪੈਣੇ, 2 ਈਅਰਸ ਡਿਪਲੋਮਾ ਦੇ ਐਂਡ 2 ਸਾਲ ਦੇ ਅੱਗੇ ਡਿਗਰੀ ਦੇ। ਇਹੀ ਜੇ ਬੱਚਾ ਡਾਇਰੈਕਟ ਡਿਗਰੀ ਲੈਂਦਾ ਉਹਦੀ 3 ਸਾਲ ਦੇ ਵਿੱਚ ਉੱਥੇ ਡਿਗਰੀ ਕੰਪਲੀਟ ਹੋ ਜਾਂਦੀ ਹੈ ਆਸਟ੍ਰੇਲੀਆ ਦੇ ਵਿੱਚ। ਐਂਡ ਜੋਬ ਓਪਰਚੁਨਿਟੀ ਦੇ ਵਿੱਚ ਅਗਰ ਡਿਗਰੀ ਦੇ ਕੀਤੀ ਹੋਈ ਬੱਚੇ ਨੇ ਉਹਨੂੰ ਜਿਹੜਾ ਪੇ ਸਕੇਲਰ ਦਾ ਐਜ਼ ਕੰਪੇਰੇਟਿਵਲੀ ਡਿਪਲੋਮਾ ਦਾ ਹਾਈ ਰਹੇਗਾ। ਨੈਕਸਟ ਆਪਾਂ ਡਿਸਕਸ ਕਰਦੇ ਹਾਂ ਕਿ ਜਿਹੜੇ ਬੱਚੇ ਡਿਗਰੀ ਕੀਤੀ ਹੋਈ ਆਲਰੇਡੀ ਗ੍ਰੈਜੂਏਸ਼ਨ ਕੀਤੀ ਹੋਈ ਇੰਡੀਆ ਤੋਂ, ਉਹਨਾਂ ਦੇ ਲਈ ਵੀ ਕੈਨੇਡਾ ਦੇ ਵਿੱਚ ਆਪਸ਼ਨਸ PG ਕੋਰਸਿਸ ਵੀ ਬਚਦੇ ਆ, ਪੋਸਟ ਗ੍ਰੈਜੂਏਸ਼ਨ ਡਿਪਲੋਮਾ ਸੀ, ਬਿਕੋਜ਼ ਮਾਸਟਰਸ ਲਈ ਯੂਨੀਵਰਸਿਟੀ ਦੀ ਰਿਕੁਆਇਰਮੈਂਟਸ ਐਂਡ ਯੂਨੀਵਰਸਿਟੀ ਦਾ ਜਿਹੜਾ ਐਡਮਿਸ਼ਨ ਟਾਈਮ ਪ੍ਰੋਸੀਜਰ ਆ ਉਹ ਬਹੁਤ ਲੰਬਾ ਆ, ਜਿਹਦੇ ਕਰਕੇ ਐਂਡ ਬੈਂਡਸ ਰਿਕੁਆਇਰਮੈਂਟ ਦੀ ਵੀ ਬੱਚਿਆਂ ਨੂੰ ਦਿੱਕਤ ਆਉਂਦੀ, ਜਿਹਦੇ ਕਰਕੇ ਬੱਚਾ ਜਿਹੜਾ ਜ਼ਿਆਦਾਤਰ ਉਹ ਪੋਸਟ ਗ੍ਰੈਜੂਏਸ਼ਨ ਸਟੱਡੀ ਨੂੰ ਆਪਣਾ ਅਡੋਪਟ ਕਰਦਾ ਹੈ। ਠੀਕ ਹੈ, ਸੇਮ ਐਜ਼ ਅਗਰ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਅਗੇਨ ਬੱਚੇ ਜਿਹੜਾ ਲੈਂਦਾ ਉਹ ਮਾਸਟਰ ਡਿਗਰੀ ਲੈਂਦਾ, ਉੱਥੇ ਡਿਪਲੋਮਾ ਐਜੂਕੇਸ਼ਨ ਨੂੰ ਬੱਚਾ ਉਨਾ ਜ਼ਿਆਦਾ ਪ੍ਰੈਫਰੈਂਸ ਨਹੀਂ ਦਿੰਦਾ। ਕਿਉਂ? ਕਿਉਂਕਿ ਉਹਦੇ ਵਿੱਚ ਇੱਕ ਵੀਜ਼ਾ ਸਕਸੈਸ ਰੇਟ ਦਾ ਵੀ ਥੋੜ੍ਹਾ ਘੱਟ ਹੈ, ਸੈਕਿੰਡਲੀ ਉਹਨੂੰ ਓਪਰਚੁਨਿਟੀਜ਼ ਵਰਕ ਪਰਮਿਟ ਜਿਹੜੀ ਉਹ ਮਾਸਟਰਸ ਤੋਂ ਬਾਅਦ ਹੀ ਮਿਲਣੀ ਆ, ਕਿਉਂਕਿ 2 ਸਾਲ ਲਈ ਬੱਚਾ ਮਾਸਟਰਸ ਕਰੇਗਾ ਆਸਟ੍ਰੇਲੀਆ ਦੇ ਵਿੱਚ, ਐਂਡ 2 ਸਾਲ ਦਾ ਉਹਨੂੰ ਜਿਹੜਾ ਵਰਕ ਪਰਮਿਟ ਮਿਲੇਗਾ ਜਿਹਦੇ ਵਿੱਚ ਕਿ ਉਹ ਆਪਣਾ PR ਦੇ ਲਈ ਆਪਣੇ ਪੁਆਇੰਟਸ ਪੂਰੇ ਕਰੇਗਾ। ਸੇਮ ਹੁਣ ਆਪਾਂ ਗੱਲ ਕਰਦੇ ਹਾਂ ਜੋਬਸ ਦੀ, ਕਿ ਜੋਬਸ ਕਿੱਦਾਂ ਦੀਆਂ ਓਪਰਚੁਨਿਟੀਜ਼ ਬੱਚੇ ਨੂੰ ਮਿਲਦੀਆਂ, ਚਾਹੇ ਉਹਨੇ ਡਿਪਲੋਮਾ ਕੀਤਾ ਕੈਨੇਡਾ ਦੇ ਵਿੱਚ, ਚਾਹੇ ਉਹਨੇ ਆਸਟ੍ਰੇਲੀਆ 'ਚ ਡਿਗਰੀ ਕੀਤੀ ਹੋਈ ਆ। ਕੈਨੇਡਾ ਦੀ ਆਪਾਂ ਗੱਲ ਕਰੀਏ, ਕੈਨੇਡਾ ਦੇ ਵਿੱਚ ਜਿਹੜੀਆਂ ਜੋਬਸ ਮਿਲੀਆਂ ਬੱਚੇ ਨੂੰ ਉਹ ਨੀਅਰ ਅਬਾਉਟ ਅਪਰੋਕਸੀਮੇਟਲੀ ਸਟਾਰਟਿੰਗ ਜਿਹੜੀਆਂ ਉਹ $10-12 ਪਰ ਆਰ ਦੇ ਅਕੋਰਡਿੰਗ ਮਿਲੀਆਂ ਕੈਨੇਡਾ ਦੇ ਵਿੱਚ, ਜਿਹੜਾ ਆਪਾਂ ਵੇਜ ਰੇਟ ਮਿਨੀਮਮ ਅੱਜ ਜਿਹੜੇ 'ਚ ਚੱਲਦਾ ਪਿਆ। ਸੇਮ ਅਗਰ ਆਪਾਂ ਆਸਟ੍ਰੇਲੀਆ ਦੀ ਗੱਲ ਕਰਾਂਗੇ ਤਾਂ ਬੱਚੇ ਨੂੰ ਜਿਹੜਾ ਸਟਾਰਟਿੰਗ ਜੋਬਸ ਆ ਉਹ $18-20 ਪਰ ਆਰ ਦੇ ਅਕੋਰਡਿੰਗ ਮਿਲਦੀਆਂ। ਠੀਕ ਹੈ, ਐਂਡ ਉਸ ਤੋਂ ਬਾਅਦ ਜਿਹੜੀ PR ਦੇ ਲਈ ਓਪਰਚੁਨਿਟੀਜ਼ ਆ ਕੈਨੇਡਾ ਦੇ ਵਿੱਚ, ਅਗੇਨ 6 ਈਚ ਬੈਂਡ ਬੱਚੇ ਦੇ ਹੈਗੇ ਆ, ਉਹ ਆਪਣਾ PR ਦੇ ਲਈ ਅਪਲਾਈ ਕਰ ਸਕਦਾ ਹੈ। ਥੋੜ੍ਹੀ ਡਿਫੀਕਲਟੀਜ਼ ਬੱਚਿਆਂ ਨੂੰ ਟੋਰਾਂਟੋ ਦੇ ਵਿੱਚ ਆ ਰਹੀ ਆ, ਇਸੇ ਕਰਕੇ ਬੱਚੇ ਜਿਹੜੀ ਆਪਣੀ PR ਦੇ ਲਈ ਆ ਉਹ ਅਲਬਰਟਾ ਸਾਈਡ ਸ਼ਿਫਟ ਕਰਦੇ ਆ, ਐਂਡ ਦੈਨ ਤੁਹਾਡਾ ਕਿਊਬਿਕ ਸਾਈਡ ਸ਼ਿਫਟ ਕਰਦੇ ਆ, ਮੈਨੀਟੋਬਾ ਸਾਈਡ ਸ਼ਿਫਟ ਕਰਦੇ ਆ। ਆਸਟ੍ਰੇਲੀਆ ਦੇ ਵਿੱਚ ਜੇ ਮੈਂ ਗੱਲ ਕਰਾਂ ਆਲ ਓਵਰ ਪੂਰੇ ਆਸਟ੍ਰੇਲੀਆ ਦੀ ਗੱਲ ਕਰਾਂ, ਜੇ ਬੱਚੇ ਦੇ 7 ਈਚ ਬੈਂਡ ਹੈਗੇ ਆ ਦੈਨ ਉਹਦੇ PR ਦੇ ਵਿੱਚ ਪੁਆਇੰਟਸ ਜਿਹੜੇ ਆ ਉਹ ਜਲਦੀ ਪੂਰੇ ਹੁੰਦੇ, ਅਦਰਵਾਈਜ਼ ਉਹਨੂੰ PR ਦੇ ਵਿੱਚ ਕਾਫੀ ਦਿੱਕਤ ਆਉਂਦੀ ਆ। ਸੋ ਇਸ ਚੀਜ਼ ਦਾ ਆਪਣਾ ਖਿਆਲ ਰੱਖੋ, ਤੁਸੀਂ ਅੱਜ 6 ਬੈਂਡ ਨਾਲ 6.5 ਬੈਂਡ ਨਾਲ ਆਸਟ੍ਰੇਲੀਆ ਜਾ ਰਹੇ ਹੋ, ਕੋਸ਼ਿਸ਼ ਕਰੋ 2 ਸਾਲ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਆਪਣਾ 2-3 ਸਾਲ ਦੇ ਵਿੱਚ ਤੁਸੀਂ ਆਪਣਾ ਲੈਵਲ ਜਿਹੜਾ ਇੰਗਲਿਸ਼ ਦਾ ਉਹ 7 ਈਚ ਬੈਂਡ ਤੱਕ ਅਪਗ੍ਰੇਡ ਕਰੋ, ਸੋ ਦੈਟ ਕਿ ਤੁਹਾਨੂੰ PR ਦੇ ਵਿੱਚ ਡਿਫੀਕਲਟੀਜ਼ ਨਾ ਆਵੇ। ਕਿਉਂ? ਅੱਜ ਦੀ ਡੇਟ ਦੇ ਵਿੱਚ 60-65 ਪੁਆਇੰਟਸ 'ਤੇ PR ਮਿਲਣੀ ਬਹੁਤ ਡਿਫੀਕਲਟ ਆ ਆਸਟ੍ਰੇਲੀਆ ਦੇ ਵਿੱਚ, ਮੋਰ ਦੈਨ 70 ਪੁਆਇੰਟਸ ਹੀ ਤੁਹਾਨੂੰ ਕੋਈ ਨਾ ਕੋਈ ਆਪਸ਼ਨਸ ਮਿਲ ਸਕਦੇ ਆ। ਜਾਂ ਤੁਸੀਂ ਆਪਣਾ ਜਿਹੜਾ ਏਰੀਆ ਆ ਉਹ ਜ਼ਿਆਦਾਤਰ ਬੱਚੇ ਜਿੱਦਾਂ ਤਸਮਾਨੀਆ ਸਾਈਡ ਮੂਵ ਔਨ ਕਰਦੇ ਆ, ਨੌਰਦਰਨ ਟੈਰੀਟਰੀ ਦੇ ਵਿੱਚ ਡਾਰਵਿਨ 'ਚ ਮੂਵ ਔਨ ਕਰਦੇ ਆ, ਕਿ ਉੱਥੇ ਸਾਨੂੰ ਓਪਰਚੁਨਿਟੀਜ਼ ਜਿਹੜੀਆਂ PR ਦੀਆਂ ਕੁਛ ਜ਼ਿਆਦਾ ਮਿਲ ਸਕਣ। ਮੈਲਬਰਨ ਦੇ ਵਿੱਚ, ਸਿਡਨੀ ਦੇ ਵਿੱਚ ਨੋ ਡਾਊਟ ਤੁਹਾਨੂੰ ਡਿਫੀਕਲਟੀਜ਼ ਰਹੇਗੀ ਰਹੇਗੀ, ਕਿਉਂਕਿ ਜਿਹੜੇ ਤੁਹਾਡੇ ਤੋਂ ਅੱਗੇ ਬੱਚੇ ਆ ਆਲਰੇਡੀ ਉਹ 80 ਪੁਆਇੰਟਸ ਜਾਂ 70.5 ਪੁਆਇੰਟਸ 'ਤੇ ਬੈਠੇ ਹੋਏ, ਸੋ ਮੈਰਿਟ ਦੇ ਵਿੱਚ ਲਿਸਟ ਦੇ ਵਿੱਚ ਨਾਮ ਫਸਟ ਉਹਨਾਂ ਦਾ ਆਏਗਾ, ਤੁਹਾਨੂੰ ਡਿਫੀਕਲਟੀਜ਼ ਰਹੇਗੀ ਰਹੇਗੀ ਅਗਰ ਤੁਹਾਡੇ ਪੁਆਇੰਟਸ ਜਿਹੜੇ 70 ਦੀ ਰੇਂਜ ਦੇ ਵਿੱਚ ਐਟ ਦ ਐਂਡ ਸਮ ਅਪ ਹੁੰਦੇ ਆ। ਥਰਡ ਆਪਾਂ ਗੱਲ ਕਰਦੇ ਹਾਂ ਉਸ ਤੋਂ ਬਾਅਦ ਕਿ ਸਾਡਾ ਕੋਰਸ ਓਪਰਚੁਨਿਟੀਜ਼ 'ਤੇ ਹੋਗੀ, ਜੋਬ ਦੀ ਹੋਗੀ, PR ਦੀ ਵੀ ਹੋਗੀ, ਫੀਸ ਸਟਰਕਚਰ ਦਾ ਕੀ ਮੇਜਰ ਇਸ਼ੂਜ਼ ਆਉਂਦਾ ਬੱਚਿਆਂ ਨੂੰ ਜਿਹੜੇ ਆਸਟ੍ਰੇਲੀਆ ਜਾਂ ਕੈਨੇਡਾ ਦੇ ਵਿੱਚ ਜਾਂਦੇ ਆ। ਕੈਨੇਡਾ ਦੀ ਮੈਂ ਗੱਲ ਕਰਾਂ, ਡਿਪਲੋਮਾ ਐਜੂਕੇਸ਼ਨ ਦੀ ਜਿਹੜੀ ਫੀਸ ਆ ਅਪਰੋਕਸੀਮੇਟਲੀ ਸਾਲ ਦੀ $14-15,000 ਤੋਂ ਲੈ ਕੇ $18,000 ਦੇ ਵਿੱਚ ਵਿੱਚ ਕੈਨੇਡੀਅਨ ਡਾਲਰ ਆ, ਬਟ ਕੈਨੇਡਾ ਦੇ ਡਾਲਰ ਦਾ ਰੀਸੈਂਟਲੀ ਤੁਸੀਂ ਦੇਖਣਾ ਕਿ ਰੇਟ ਜਿਹੜਾ ਹੈ ਉਹ 6-7 ਰੁਪੀਸ ਇਨਕਰੀਜ਼ ਹੋਣ ਦੇ ਕਰਕੇ ਬੱਚਿਆਂ ਦੀਆਂ ਜਿਹੜੀਆਂ ਫੀਸਿਸ ਅਪਰੋਕਸੀਮੇਟਲੀ 7.5-8 ਲੱਖ ਤੋਂ ਲੈ ਕੇ 9-9.5 ਲੱਖ ਦੇ ਵਿੱਚ ਵਿੱਚ ਟ੍ਰਾਂਸਫਰ ਹੋ ਰਹੀਆਂ ਕੈਨੇਡਾ ਦੇ ਲਈ। ਸੇਮ ਅਗਰ ਆਸਟ੍ਰੇਲੀਆ ਦੀ ਗੱਲ ਕਰਾਂ, ਆਸਟ੍ਰੇਲੀਆ ਮਿਨੀਮਮ ਡਿਗਰੀ ਦੀ ਜਿਹੜੀ ਫੀਸ ਆ ਇਟਸ ਵਿਲ ਬੀ ਸਟਾਰਟਿੰਗ ਫਰੋਮ, ਅਗਰ ਯੂਨੀਵਰਸਿਟੀ ਦੀ ਗੱਲ ਕਰਾਂ ਤਾਂ $18,000-$20,000 ਤੋਂ ਸਟਾਰਟ ਹੁੰਦੀ ਆ। ਮੈਕਸੀਮਮ ਜਿਹੜੀਆਂ ਯੂਨੀਵਰਸਿਟੀ ਉਹ $30,000-$35,000 ਤੱਕ ਵੀ ਜਾਂਦੀਆਂ, ਕੁਛ ਇਹੋ ਜਿਹੀਆਂ ਯੂਨੀਵਰਸਿਟੀ ਆ ਜਿਨ੍ਹਾਂ ਦੇ ਵਿੱਚ $40,000+ ਵੀ ਆ, ਬਟ ਉਸ ਯੂਨੀਵਰਸਿਟੀ ਨੂੰ ਬੱਚਾ ਤਾਂ ਨਹੀਂ ਅਡੋਪਟ ਕਰਦਾ ਕਿਉਂਕਿ ਇੰਨੀ ਜ਼ਿਆਦਾ ਫੀਸਿਸ ਦੀ ਉੱਥੇ ਜਾ ਕੇ ਉਹਦੇ ਕੋਲ ਨਿਕਲ ਨਹੀਂ ਸਕਦੀ, ਐਂਡ ਜਿਹਦੇ ਕਰਕੇ ਬੱਚਾ 6 ਮਹੀਨੇ ਬਾਅਦ ਯੂਨੀਵਰਸਿਟੀ ਚੇਂਜ ਕਰਦਾ। ਸੋ ਪ੍ਰੈਫਰੈਂਸ ਆਸਟ੍ਰੇਲੀਆ ਵੀ ਤੁਸੀਂ ਕਰ ਰਹੇ ਹੋ, ਇਸ ਨੂੰ ਦੇਖ ਕੇ ਚੱਲਿਓ ਕਿ ਉੱਥੇ ਡਿਗਰੀ ਹੈ,
ਕੈਨੇਡਾ 'ਚ ਤੁਹਾਡਾ ਡਿਪਲੋਮਾ ਆ, ਕੈਨੇਡਾ 'ਚ ਕਾਲਜ ਆ, ਆਸਟ੍ਰੇਲੀਆ ਦੇ ਵਿੱਚ ਯੂਨੀਵਰਸਿਟੀ ਆ, ਜਿਹੜਾ ਫੀਸ ਡਿਫਰੈਂਸ ਆ ਅਪਰੋਕਸੀਮੇਟਲੀ 8 to 10,000 dollars ਦਾ ਤੁਹਾਡਾ ਰਹੇਗਾ ਰਹੇਗਾ। ਇਹ ਮੇਜਰਸ ਜਿਹੜਾ ਫੀਸ ਦਾ ਬਜਟ ਆ। ਆਸਟ੍ਰੇਲੀਆ ਦੇ ਵਿੱਚ ਬਜਟ ਇੰਡੀਅਨ ਰੁਪੀਸ ਦੀ ਗੱਲ ਕਰਾਂ ਤਾਂ ਤੁਸੀਂ ਆਈਡੀਆ ਮੰਨ ਕੇ ਚੱਲੋ ਕਿ 12 lakh rupees, 13 lakh rupees, 14 lakh rupees ਤੁਹਾਡੀ ਸਾਲ ਦੀ ਫੀਸ ਜਿਹੜੀ ਆ ਹੋ ਸਕਦੀ ਹੈ ਐਵਰੇਜ। ਐਂਡ ਕੈਨੇਡਾ ਦੇ ਵਿੱਚ ਐਵਰੇਜ ਤੁਹਾਡੀ 7.5 ਤੋਂ ਲੈ ਕੇ 9-9.5 lakh ਤੱਕ ਸਾਲ ਦੀ ਫੀਸ ਹੋ ਸਕਦੀ ਹੈ। ਸਤਿ ਸ਼੍ਰੀ ਅਕਾਲ ਜੀ।